जब सेहत की बात होगी तो पुखराज एलोवेरा से शुरुआत होगी। शुद्ध एलोवेरा से बना पुखराज एलोवेरा जूस जो इम्यूनिटी बढ़ाए और आपको रखे फिट। मिल गया ना अच्छी सेहत का राज पुखराज। सत श्री अकाल जी, मैं कुलदीप सिंह धालीवाल ग्लोबल एडुके राइल्स एंड वीज़ा सर्विसेज फरीदकोट तो। असी इस संस्था के इस इंस्टीट्यूट के आयल्स पी टी ई स्टडी वीज़ा के नाल डील करते हैं। स्टडी वीज़ा ऑफ आस्ट्रेलिया कैनेडा न्यूजीलैंड एंड साढ़े काफ़ी कॉलेज एंड यूनिवर्सिटीज़ नाल डायरैक्ट आयअप्स होने करके जिहड़ा कोई स्टडी वीज़ा अप्लाई करना चाहता मेरा व्यूवर, सो यू आर ऑलवेज वेलकम। एंड ऑलसो इन आयल्स वी आर इन द टॉप 10 ऑफ पंजाब, वी आर द लाइक प्राउड प्लेटिनम मैंबर्स ऑफ ब्रिटिश काउंसिल एंड ऑलसो वी आर इन द 3-star कैटेगरी ऑफ IDP रैंकिंग। सो साढ़े जिहड़े फैकल्टी है दे आर वैल एक्सपीरियंसड वैल लाइक स्किल्ड एंड साढ़े जिहड़े रिजल्ट्स है वो तुसी साड़ियां सोशल नैटवर्किंग वैबसाइट्स से देख ही सकते हो। दे आर रियली वेरी आई कैचिंग इंप्रेसिव एंड काफ़ी सारे स्टूडेंट्स अपना फ्यूचर बना चुके हैं। सो जिहड़े मेरे व्यूवर्स साढ़े कोलों आयल्स पी टी या कोई होर सर्विसिज लेना चाहते हैं तो सानू ग्लोबल एडुकेयर फरीदकोट कोटकपूरा या मलोट जिहड़ी भी थोड़ी ब्रांच नेड़े है तुसी उत्थे जाके अपनी सर्विसिज लै सकते हो। थैंक यू सो मच। मस्ती कैंपस दी ਸਾਰਿਆਂ ਨੂੰ ਮੇਰੇ ਕੋਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਲੈ ਕੇ ਫਿਰ ਤੋਂ ਹਾਜ਼ਰ ਹੋ ਗਏ ਤੁਹਾਡਾ ਆਪਣਾ ਫੇਵਰੇਟ ਸ਼ੋਅ ਮਸਤੀ ਕੈਂਪਸ ਦੀ, ਸਾਡੇ ਸਪੌਂਸਰ ਨੇ ਜੀ ਗਲੋਬਲ ਐਡੂਕੇਅਰ। ਅੱਜ ਮੈਂ ਪਹੁੰਚਿਆ ਹਾਂ ਜੀ SBR DAV ਸਕੂਲ ਤਲਵੰਡੀ ਭਾਈ ਦੇ ਵਿੱਚ। ਸਟੂਡੈਂਟਸ ਕਰ ਰਹੇ ਨੇ ਇੰਤਜ਼ਾਰ ਕਿ ਆਪਾਂ ਚੱਲ ਕੇ ਕਰਦੇ ਹਾਂ ਗੱਲਾਂ ਬਾਤਾਂ ਤਾਂ ਕਰਦੇ ਖੂਬ ਸਾਰੀਆਂ ਮਸਤੀਆਂ। ਆ ਜਾਓ ਜੀ। ਮਸਤੀ ਕੈਂਪਸ ਦੀ। ਸੋ ਸਟੂਡੈਂਟਸ ਮੇਰੇ ਨਾਲ ਨੇ, ਆਪਾਂ ਸ਼ੁਰੂਆਤ ਕਰਦੇ ਹਾਂ ਇੱਧਰੋਂ। ਸਰਦਾਰ ਸਾਹਿਬ ਆ ਜਾਓ ਜੀ, ਆ ਜਾਓ ਆ ਜਾਓ। ਕੀ ਹਾਲ ਚਾਲ? ਸਿਹਤ ਵਧੀਆ? ਹਾਂਜੀ। ਪੜ੍ਹਾਈ ਕਿਵੇਂ ਚੱਲਦੀ ਹੈ? ਵਧੀਆ, ਬਹੁਤ ਵਧੀਆ। ਗਰਮੀ ਲੈਂਦੀ? ਠੰਡ ਅੱਜ ਕੱਲ੍ਹ? ਠੀਕ ਜਿਹਾ ਮੌਸਮ ਹੈ। ਠੀਕ ਹੈ। ਸਵੇਰ ਸਵੇਰ ਉੱਠਣ ਨੂੰ ਦਿਲ ਕਰ ਪੈਂਦਾ ਕਿ ਨਹੀਂ? ਉੱਠਦਾ। ਕਿੰਨੇ ਵਜੇ ਉੱਠਦਾ ਸਵੇਰੇ? 6 ਵਜੇ। 6 ਵਜੇ ਇੰਨੀ ਜਲਦੀ ਉੱਠ ਕੇ ਕੀ ਕਰਦਾ? ਬਸ ਕੀ ਕਰਦਾ ਉੱਠ ਕੇ? ਬਸ ਬਸ ਕਿਰਾਏ ਕਰੂ ਤੇ ਕਰਦਾ। ਹਾਂਜੀ, ਫਰੈਸ਼ ਹੋ ਜਾਂਦੇ ਸਵੇਰੇ ਉੱਠ ਕੇ। ਓਕੇ, ਮਾਰਨਿੰਗ ਵਾਕ ਕਰਨ ਜਾਂਦੇ। ਮਾਰਨਿੰਗ ਵਾਕ, ਵਾਓ। ਕਿੰਨਾ ਕਿੰਨਾ ਦੂਰ ਜਾਂਦਾ? 2 ਕਿਲੋਮੀਟਰ। 2 ਕਿਲੋਮੀਟਰ ਭੱਜ ਕੇ ਕਿ ਤੁਰ ਕੇ? ਭੱਜ ਕੇ। ਕਿਤੇ ਇਹ ਚੱਕਰ ਵੀ ਮੰਮੀ ਕਹਿੰਦੀ ਨੀ ਸਕੂਲ ਚੱਲਦੇ ਭੱਜ ਜਾਂਦਾ, ਫਿਰ ਘਰ 2 ਕਿਲੋਮੀਟਰ ਤੋਂ ਫੜ ਕੇ ਲੈ ਕੇ ਆਉਂਦੇ, ਹੁਣ ਵੀ ਵਾਪਸ ਆ ਕਾਕਾ ਸਕੂਲ ਵੀ ਜਾਣਾ। ਨਹੀਂ ਨਹੀਂ। ਹਾਂਜੀ, ਸ਼ੌਂਕ ਨਾਲ? ਹਾਂਜੀ। ਬਹੁਤ ਵਧੀਆ ਗੱਲ ਹੈ ਨਾ, ਫਿੱਟ ਰਹਿਣਾ ਚਾਹੀਦਾ। ਹੋਰ ਸ਼ੌਂਕ ਕੀ ਨੇ? ਸੋਚ ਕੇ ਬੜਾ ਸੋਚ ਕੇ ਦੱਸਿਆ ਵੀ ਨਹੀਂ, ਠੀਕ ਠਾਕ ਆ ਤੂੰ? ਸੱਚੀ ਦੱਸ, ਗੁੱਸੇ ਚ ਆਇਆ ਕਿ ਵੈਸੇ ਲੱਗਦਾ ਤਾ? ਵੈਸੇ ਲੱਗਦਾ। ਤੇਰਾ ਸੁਭਾਅ ਹੀ ਐਵੇਂ ਦਾ ਆ, ਤੂੰ ਜਿਹੜੇ ਹਿਸਾਬ ਨਾਲ ਤੈਨਾਂ ਤੁਰਦਾ ਮਿਲਦਾ ਤਾਂ ਕਲਾਸ ਹੀ ਨਹੀਂ ਆਉਣਾ। ਬਸ ਐਂ ਤੁਰੀਦਾ ਬਸ। ਜਦੋਂ ਡੈਡੀ ਕਿਤੇ ਘਰੇ ਆਵਾਜ਼ ਮਾਰਦਾ ਵੀ ਗੱਲ ਸੁਣ ਕੇ, ਉਦੋਂ ਕਿਵੇਂ ਜਾਣਾ ਹੁੰਦਾ? ਉਦੋਂ ਤਾਂ ਆਰਾਮ ਨਾਲ ਚੱਲਦਾ। ਫੜੀ ਮਾਈਕ ਫੜੀ। ਬੰਦਾ ਬੜਾ ਸਕੀਮੀ ਨਾ, ਜਦੋਂ ਟੀਚਰ ਆਵਾਜ਼ ਮਾਰੇ ਤਾਂ ਹਾਂਜੀ, ਡੈਡੀ ਆਵਾਜ਼ ਮਾਰੇ ਹਾਂਜੀ, ਇਹ ਕੀ ਚੱਕਰ? ਡੈਡੀ ਦਾ ਜ਼ਿਆਦਾ ਡਰ ਲੱਗਦਾ? ਉਹ ਪਤਾ ਜਦੋਂ ਧਰਨੀ ਇਹਨਾਂ ਨੇ ਫਿਰ। ਅੱਛਾ, ਤੇ ਟੀਚਰ ਦਾ ਕੋਈ ਡਰ ਨਹੀਂ? ਟੀਚਰ ਦਾ ਜ਼ਿਆਦਾ ਨਹੀਂ ਜੀ। ਮੈਂ ਟੀਚਰ ਨੂੰ ਬੇਨਤੀ ਕਰਦਾ, ਜਦੋਂ ਇਹ ਦੁੱਖ ਪ੍ਰੋਗਰਾਮ ਜਿੱਦਾਂ ਹੀ ਖਤਮ ਹੋਵੇ ਸਾਰੇ ਢਾ ਲਓ ਇਹਨੂੰ, ਪਤਾ ਲੱਗ ਜਾਏ ਡਰ ਕੀ ਚੀਜ਼ ਹੁੰਦੀ ਆ। ਹਾਂ ਨਹੀਂ, ਰਿਸਪੈਕਟ ਕਰਨੀ ਬਣਦੀ ਆ ਤੇ ਉਹ ਕਰਦੇ ਵੀ ਰਹਿਣਾ ਅੱਗੇ, ਹੈਨਾ। ਫਿਊਚਰ ਪਲਾਨ ਕੀ ਹੈ ਤੇਰੇ? ਫਿਊਚਰ ਪਲਾਨ ਬਾਹਰ ਜਾਣਾ ਜੀ। ਬਾਹਰ? ਬਾਹਰ ਫਿਰ ਗਲੋਬਲ ਐਡੂਕੇਅਰ ਭੇਜਦਾ ਬਾਹਰ? ਆਲਸ ਵਧੀਆ, ਕੈਨੇਡਾ ਜਾ। ਉਹ ਤੇ ਪਾਸ ਤਾਂ ਕਰੇਗਾ ਪਹਿਲਾਂ, ਐ ਜਾ ਚੜਦੇ ਤੇ ਗਲੋਬਲ ਐਡੂਕੇਅਰ ਤੋਂ ਕਰਨਾ ਆਲਸ ਜਾ ਕੇ? ਉਹ ਆਲਸ ਕਰਾਉਂਦੇ ਆ, ਵਧੀਆ ਆਲਸ ਕਰਾਉਂਦੇ, ਤਾਂ ਹੀ ਕਹਿਣਾ ਪਿਆ ਕੈਨੇਡਾ ਜਾਣਾ ਫਿਰ। ਤੇ ਇੰਟਰਸਟ ਕਿਹੜੀ ਚੀਜ਼ ਵਿੱਚ ਆ? ਕੰਮ ਕੀ ਕਰਨਾ ਚਾਹੁੰਦਾ? ਕੰਮ ਬੈਂਕਿੰਗ ਕਰਾਂਗੇ। ਬੈਂਕਿੰਗ? ਮੈਥ ਵਿੱਚ ਕਾਫੀ ਹੱਥ ਤੇਜ਼ ਲੱਗਦਾ ਤੇਰਾ। ਹਾਂਜੀ ਹੈਗੇ। ਹੈ, 1 ਸਾਲ ਦੇ ਵਿੱਚ ਸੈਕਿੰਡ ਕਿੰਨੇ ਹੁੰਦੇ ਆ? 1 ਸਾਲ ਦੇ ਵਿੱਚ ਸੈਕਿੰਡ ਕਿੰਨੇ? ਗਾਣੇ ਸੁਣੀ ਦੇ। ਅੱਛਾ, ਗਾਣੇ ਸੁਣਦਾ। ਅੱਛਾ, ਮੁੰਡਾ ਸਕੀਮੀ ਹੈ, ਨੌਕਰੀ ਕਰਨੀ ਹੈ, ਬੈਂਕ ਦੀ ਜਾਣਾ ਕੈਨੇਡਾ,
ਤੇ ਸੁਣਨੇ ਗਾਣੇ। ਤੂੰ ਮੂਸੇ ਵਾਲੇ ਦਾ ਫੈਨ ਆ ਤਾਂ ਟਾਕਰੇ ਹੋ ਗਏ ਨਾ ਅੱਜ ਤਾਂ ਫਿਰ ਇੱਕ ਕਰਨਾ ਉਹਦਾ ਲੈ ਕੇ ਮੂਸੇ ਵਾਲਾ ਫਿਰ ਤੂੰ ਗਾਣਾ ਸੁਣਾ ਅੱਜ ਮੂਸੇ ਵਾਲੇ ਦਾ ਕੋਈ। ਧੀ ਸਰਦਾਰਾਂ ਦੀ ਆ ਚੜਤ ਵੀ ਪੂਰੀ ਆ ਮੜਕ ਵੀ ਪੂਰੀ ਆ ਤੇ ਬੜਕ ਵੀ ਪੂਰੀ ਆ ਮੇਰੇ ਕੋਲ ਪਾਪਾ ਲੰਘਦੇ ਆ ਨੀ ਵਿਆਹ ਜੰਗ ਦੇ ਮੈਦਾਨਾਂ ਵਿੱਚ ਜਿਉਣੇ ਬੁੱਕਦੇ ਜੱਟੀ ਜਾਣੇ ਮੋੜ ਦੀ ਬੰਦੂਕ ਵਰਗੀ ਵੇਖ ਵੇਖ ਚੋਬਰਾਂ ਦੇ ਸਾਹ ਸੁੱਕਦੇ ਜੱਟੀ ਜਾਣੇ ਮੋੜ ਦੀ ਬੰਦੂਕ ਵਰਗੀ ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ। ਇਹ ਗਾਣਾ ਗਾਇਆ ਕਿ ਗਾਣਾ ਸਿੱਟਿਆ? ਆਪਾਂ ਗਾ ਦਿੱਤਾ। ਠੀਕ ਹੈ, ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ ਮੇਰੇ ਵੀਰ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਠਾਕ ਹੋ? ਤੇਰੇ ਤਾਂ ਦੂਰ ਵੀ ਪਤਾ ਲੱਗ ਜਾਂਦਾ ਵਧੀਆ ਨੇ। ਹਾਲ ਤਾਂ ਮੇਰੇ ਵਰਗੇ ਦੱਸਣਾ ਪੈਂਦਾ ਵੀ ਅੱਜ ਤਾਂ ਆਉਂਦੀ ਭੀੜ ਕਰਦੀ ਹੈ, ਹਨਾ? ਇਹ ਪੁੱਛਣਾ ਪੈਂਦਾ ਜੀ। ਪੁੱਛੋ ਫਿਰ ਹੋਰ ਕੀ ਹਾਲ ਹੈ ਜੀ? ਅੱਜ ਤਾਂ ਭਾਜੀ ਥੋੜੇ ਜਿਹੇ ਮਾੜੇ ਆ, ਤੁਹਾਨੂੰ ਬਹੁਤ ਦਰਦ ਕਰ ਰਹੀ ਹੈ। ਕਿਉਂ ਜੀ ਮਾੜੇ ਕਾਹਤੋਂ? ਉਹ ਤੁਹਾਨੂੰ ਦਰਦ ਕਰ ਰਹੀ ਨਾ, ਆਪਣੇ ਸਰਦਾਰਾਂ ਦੇ ਹਾਲ ਮਾੜੇ ਨਹੀਂ ਚਾਹੀਦੇ। ਹੋਰ ਠੀਕ ਹੋ ਗਏ? ਕੀ ਨਾਮ ਕੀ ਤੁਹਾਡਾ? ਉਦੇਪਾਲ ਸਿੰਘ। ਹਾਂਜੀ ਉਦੇਪਾਲ ਸਿੰਘ। ਉਦੇਪਾਲ ਸਿੰਘ, ਹਾਂਜੀ, ਕਿਆ ਬਾਤ ਹੈ, ਨਾਮ ਕਿਹਨੇ ਰੱਖਿਆ? ਇਹ ਪਤਾ ਨਹੀਂ ਰੱਖ, ਨਾਮ ਤੇਰਾ ਬਹੁਤ ਸੋਹਣਾ, ਘਰ ਜਾ ਕੇ ਪੁੱਛਣਾ ਵੀ ਤੇਰਾ ਨਾਮ ਕਿਹਨੇ ਰੱਖਿਆ ਅੱਜ। ਅੱਛਾ, ਠੀਕ ਹੈ, ਅੱਖਾਂ ਕਿੱਥੋਂ ਲੈ ਕੇ ਆਇਆ? ਬਹੁਤ ਸੋਹਣੀਆਂ, ਤੇਰੀ ਸਿਹਤ ਵੀ ਬਹੁਤ ਸੋਹਣੀ ਆ। ਕਿੰਨਾ ਖਾ ਪੀ ਲੈਣਾ ਪੂਰੇ ਦਿਨ ਵਿੱਚ? ਬਸ ਜਿੰਨਾ ਮਿਲ ਜੇ ਘੱਟ ਹੀ ਹੈ। ਨਾਲ ਦਾ ਮੈਂ ਵੀ ਖੋ ਲੈਣਾ। ਨਹੀਂ, ਅਸੀਂ ਜਦੋਂ ਨਿੱਕੇ ਹੁੰਦੇ ਸੀ ਨਾ, ਵੈਸੇ ਮੈਂ ਹੁਣ ਵੀ ਨਿੱਕਾ ਹੀ ਹਾਂ, ਐਡੀ ਗੱਲ ਨਹੀਂ ਕੋਈ, ਅਸੀਂ ਟੀਚਰਾਂ ਦੀ ਰੋਟੀ ਰੂਟੀ ਚੋਰੀ ਕਰਕੇ ਖਾਈ ਦੀ ਸੀ। ਖਾ ਲਈ ਦੀ ਇੱਥੇ? ਅੱਜ ਸਾਰੇ ਟੀਚਰ ਸੁਣ ਲਓ, ਜਿਹੜੀ ਤੁਹਾਡੀ ਰੋਟੀਆਂ ਚੋਰੀ ਹੁੰਦੀਆਂ ਉਹ ਸਭ ਇੱਥੇ ਹੀ ਨੇ, ਜਦੋਂ ਮਰਜ਼ੀ ਕੱਢ ਸਕਦੇ ਹੋ, ਹੈਨਾ? ਕੀ ਪਰਫਾਰਮ ਕਰੋਗੇ? ਐਕਟਿੰਗ ਕਰ ਲਈ ਜੀ। ਐਕਟਿੰਗ? ਵਾਹ, ਕੀ 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 ਸੁਣਾਓਗੇ ਅੱਜ, ਦਿਖਾਓਗੇ ਕੀ ਐਕਟਿੰਗ ਦੇ ਵਿੱਚ? ਐਕਟਿੰਗ ਜਿਵੇਂ ਸਰ ਦੀ ਐਕਟਿੰਗ ਕਰ ਲਈ ਜੀ। ਓਕੇ, ਕਿਹੜੇ ਸਰ ਟੀਚਰ ਦੀ ਐਕਟਿੰਗ ਕਰਨ ਵਾਲੇ? ਪ੍ਰਿੰਸੀਪਲ ਸਰ। ਪ੍ਰਿੰਸੀਪਲ ਸਰ ਦੀ? ਆਓ, ਆਉਣ ਦਿਓ ਫਿਰ, ਆਉਣ ਦੇ ਬਾਅਦ। ਹਾਂਜੀ, ਉਹਨਾਂ ਲਈ ਇੱਕ ਸੁਭਾਅ ਆਇਆ ਹੁੰਦਾ ਸੀ ਗੁੱਸੇ ਵਾਲਾ, ਵੀ ਗੁੱਸੇ ਨਾਲ ਬੋਲਣਾ, ਮੈਂ ਤੇਰੇ ਕੋਲ ਸਮਝਾ ਵਾਲਾ, ਸਮਝ ਨਹੀਂ ਆ ਰਿਹਾ ਤੇਰੇ, ਮਤਲਬ ਕਿ ਸਾਰਿਆਂ ਨੂੰ ਗੁੱਸੇ ਨਾਲ ਬੋਲਦੇ ਸੀਗੇ ਅਤੇ ਵਧੀਆ ਸੀਗੇ, ਵੀ ਕਿਸੇ ਨੂੰ ਗਾਈਡ ਵੀ ਕਰਦੇ ਤਾਂ ਕਰਕੇ ਉਸ ਹਿਸਾਬ ਨਾਲ। ਮੈਂ ਬਾਤ ਕਰਨੀ ਘਰੇ, ਬਾਤ ਪਹੁੰਚੀ ਤਾਂ ਪਹਿਲਾਂ ਫੋਨ ਕਰਕਾ ਬਾਪ ਨੂੰ, ਪਹਿਲੇ ਫੋਨ ਆ ਜਾਂਦਾ ਸੀ। ਅੱਛਾ, ਅੱਗੇ ਅੱਗੇ ਖੜ ਕੇ ਤੇ ਪਿੱਛੇ ਨੂੰ ਦੇਖ ਰਹੇ ਆ ਵੀ ਏਦਾਂ ਏਦਾਂ ਕਰਿਆ, ਤੇਰਾ ਫੇਸ ਲੁੱਕ ਜਾਏਗਾ। ਕੀ ਹਾਲ ਚਾਲ ਨੇ? ਠੀਕ ਠਾਕ। ਹਿੰਦੀ ਕਿ ਪੰਜਾਬੀ? ਹਿੰਦੀ। ਮੈਂ ਹਿੰਦੀ ਬੋਲਾਂ ਕਿ ਪੰਜਾਬੀ? ਸਮਝ ਲਓਗੇ ਆਪ, ਮੇਰਾ ਹਿੰਦੀ ਥੋੜ੍ਹਾ ਜਿਹਾ, ਮੇਰਾ ਹਿੰਦੀ ਹੈ ਨਾ ਉਹ ਥੋੜ੍ਹਾ ਆਊਟ ਗੋਇੰਗ, ਮੈਂ ਪ੍ਰੋਬਲਮ ਹੈ ਤੁਹਾਡੀ ਪੰਜਾਬੀ 'ਚ। ਚਲੋ ਕੋਈ ਗੱਲ ਨਹੀਂ, ਮੈਂ ਆਊਟ ਗੋਇੰਗ ਪੰਜਾਬੀ 'ਚ ਰੱਖਦਾ ਅਤੇ ਤੁਸੀਂ ਹਿੰਦੀ ਵਿੱਚ ਰੱਖੋ, ਠੀਕ ਹੈ? ਨਾਮ ਕੀ ਤੁਹਾਡਾ? ਪ੍ਰਿਆ। ਪ੍ਰਿਆ, ਕਿੱਥੋਂ ਬਿਲੋਂਗ ਕਰਦੇ ਹੋ? ਪੰਜਾਬ ਮੇ। ਪੰਜਾਬ ਮੇ, ਵਾਹ, ਆਹ ਕਹਿਣਾ ਨਾ ਪੰਜਾਬ, ਪੰਜਾਬ ਮੇ ਕਹਾਂ ਸੇ? ਤਲਵੰਡੀ। ਤਲਵੰਡੀ ਕਿ ਤਲਵਿੰਦੀ? ਹਾਂਜੀ, ਤਲਵੰਡੀ। ਤਲਵੰਡੀ ਤੋਂ ਫੈਮਿਲੀ 'ਚ ਕੌਣ ਕੌਣ ਹੈ ਪਹਿਲਾਂ ਤੇ ਦੱਸੋ ਮੈਨੂੰ? ਮੰਮਾ ਪਾਪਾ। ਬ੍ਰਦਰ ਸਿਸਟਰ ਕੋਈ? ਇਕੱਲੇ ਇਕੱਲੇ ਹੀ ਹੋ? ਤੇ ਬੈਸਟ ਫਰੈਂਡ ਕੌਣ ਆ? ਦੀਆ। ਉਹ ਕਿੱਥੇ ਹੋ? ਹੈਂਜੀ, ਕਿੱਥੇ? ਅੱਛਾ, ਉਹ ਆ ਜਾਓ, ਅੱਜ ਤੁਸੀਂ ਵੀ ਆ ਜਾਓ। ਕੀ ਹਾਲ ਚਾਲ? ਤੁਸੀਂ ਹਿੰਦੀ ਵਾਲੇ ਕਿ ਪੰਜਾਬੀ ਵਾਲੇ? ਪੰਜਾਬੀ। ਤੁਹਾਡਾ ਫਿਰ ਮੈਚ ਕਿਵੇਂ ਬਣਿਆ? ਇੱਕ ਹਿੰਦੀ ਇੱਕ ਪੰਜਾਬੀ। ਹਾਂਜੀ, ਆਪੋਜ਼ਿਟ ਅਟਰੈਕਟ ਈਚ ਅਦਰ। ਅੱਛਾ, ਵਾਹ ਵਾਹ, ਇਹ ਵੀ ਜੀ ਸਹੀ ਹੈ ਨਾ। ਵੈਸੇ ਪਰਫਾਰਮ ਕਰੋਗੇ ਤੁਸੀਂ ਕੁਛ? ਗਾਣਾ ਸੁਣਾਉਣਾ ਹੈ? ਹਿੰਦੀ ਕਿ ਪੰਜਾਬੀ? ਸੁਣਾਓ ਜੀ, ਦੋਨੋਂ ਇਕੱਠੇ ਸੁਣਾਓਗੇ ਇਕੱਲੇ ਸੁਣਾਓਗੇ? ਪ੍ਰਿਆ ਸੁਣਾਏਗੀ, ਠੀਕ ਹੈ ਜੀ। ਲਓ ਜੀ, ਲਓ ਇੱਥੋਂ ਹੋਲਡ ਕਰਿਓ ਜੀ। ਮਿਲੇ ਹੋ ਤੁਮ ਹਮਕੋ ਬੜੇ ਨਸੀਬੋ ਸੇ, ਚੁਰਾਇਆ ਹੈ ਮੈਨੇ ਕਿਸਮਤ ਕੀ ਲਕੀਰੋ ਸੇ, ਤੇਰੀ ਮੁਹੱਬਤ ਸੇ ਸਾਂਸੇ ਮਿਲੀ ਹੈ, ਸਦਾ ਰਹਿਣਾ ਦਿਲ ਮੇ ਕਰੀਬ ਹੋ ਕੇ। ਓਕੇ, ਵੈਰੀ ਗੁੱਡ ਬਾਈ, ਥੈਂਕ ਯੂ ਸੋ ਮਚ, ਥੈਂਕ ਯੂ। ਆਓ ਜੀ ਤੁਸੀਂ ਆਓ। ਕੀ ਨਾਮ ਕਿਹਦਾ? ਜੀਆ। ਦੀਆ। ਹਾਂਜੀ, ਦੀਆ। ਦੀਆ, ਦੀਆ ਕੀ ਹੁੰਦਾ? ਲੈਂਪ। ਲੈਂਪ ਹੁੰਦਾ। ਓਕੇ, ਤੁਸੀਂ ਬਿਲੋਂਗ ਕਿੱਥੋਂ ਕਰਦੇ ਹੋ? ਤਲਵੰਡੀ। ਪੰਜਾਬੀ ਫੈਮਿਲੀ? ਹਾਂਜੀ। ਓਕੇ, ਇੱਕ ਬੁਝਾਰਤਾਂ ਦਾ ਪਤਾ? ਬੁਝਾਰਤਾਂ ਦਾ ਰੀਡਲਸ ਉਹ ਨਹੀਂ, ਇੰਗਲਿਸ਼ ਮੈਨੂੰ ਨਹੀਂ ਆਉਂਦੀ, ਉਹੀ ਹੋਣ
ਹੋਣਗੀ ਉਹੀ 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 ਹੋ ਸਕਦਾ ਫਿਰ ਜਦੋਂ ਨਹੀਂ ਪਤਾ ਫਿਰ ਉਹੀ ਹੋਏਗਾ ਨਾ। ਇੱਕ ਬਾਜ਼ਾਰ ਤਾਂ ਸੌਖੀ ਜੀ ਪੁੱਛਣ ਲੱਗਾ ਤੁਹਾਨੂੰ ਮੈਂ, ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ ਤੁਹਾਡਾ ਨਾਮ ਮਿਲਣ ਦਾ ਤਾਂ ਰੱਖਿਆ। ਹਾਂਜੀ ਉਹ ਤਾਂ ਪਾਪਾ ਨੇ ਰੱਖਿਆ ਸੀ ਇੱਕ ਮੂਵੀ ਐਕਟ੍ਰੈਸ ਨੂੰ ਦੇਖ ਕੇ। ਅੱਛਾ ਉਹਨਾਂ ਨੇ ਵੇਖ ਕੇ ਰੱਖ ਦਿੱਤਾ ਵੀ ਉਹਦੇ ਵਾਂਗੂ ਸ਼ਾਈਨ ਕਰੋਗੇ। ਵੈਸੇ ਦੀਏ ਦਾ ਮਤਲਬ ਬੜਾ ਵਧੀਆ ਹੁੰਦਾ, ਸ਼ਾਈਨ ਕਰਨਾ, ਦੂਸਰੇ ਨੂੰ ਰੋਸ਼ਨੀ ਦੇਣਾ, ਆਪ ਹਨੇਰੇ 'ਚ ਰਹਿ ਕੇ ਦੂਜਿਆਂ ਨੂੰ ਚਾਨਣ ਦਿੰਦਾ, ਬੜਾ ਵਧੀਆ ਮੀਨਿੰਗ ਹੈ ਇਹਦਾ, ਹੈ ਨਾ। ਇੱਕ ਸਾਲ ਦੇ ਵਿੱਚ ਸੈਕਿੰਡ ਕਿੰਨੇ ਹੁੰਦੇ ਆ? ਸੈਕਿੰਡਸ ਆਈ ਨੀਡ ਟੂ ਕੈਲਕੂਲੇਟ। ਹਾਂ ਕਰੋ ਕਰੋ ਪਲੀਜ਼, ਤੁਸੀਂ ਥੋੜ੍ਹਾ ਟਾਈਮ ਲੈ ਸਕਦੇ ਹੋ। ਇੱਕ ਸਾਲ ਦੇ ਵਿੱਚ ਸੈਕਿੰਡਸ ਟਾਈਮ ਲੱਗੇ ਇੱਕ ਇੱਕ ਘੰਟੇ ਬਾਅਦ ਪੁੱਛ ਲਾਂ, ਇੱਕ ਘੰਟੇ ਦਾ ਪਤਾ ਲੱਗ ਜਾਏਗਾ। ਥੈਂਕ ਯੂ ਸੋ ਮਚ, ਥੈਂਕ ਯੂ। ਆਓ ਮੋਨੀਟਰ ਜੀ ਤੁਸੀਂ ਆ ਜਾਓ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਸਿਹਤ ਤਾਂ ਵਧੀਆ। ਤੁਹਾਨੂੰ ਮੋਨੀਟਰ ਕਿੰਨੇ ਬਣਾਇਆ, ਮਤਲਬ ਕਿਉਂ ਬਣਾਇਆ ਗਿਆ? ਡਿਸਿਪਲਿਨ ਵਗੈਰਾ ਰੱਖਣਾ। ਡਿਸਿਪਲਿਨ ਤੋਂ ਰੱਖਦੇ ਜਿਹੜੇ ਬੜਾ ਗੁੱਸੇਖੋਰ ਜੇ ਹੋਣ, ਦਬਾਅ ਜਿਹਾ ਪਾ ਕੇ ਰੱਖਦੇ। ਮੈਨੂੰ ਬਹੁਤ ਗੁੱਸਾ, ਗੁੱਸਾ ਬਹੁਤ ਆਉਂਦਾ। ਮੈਂ ਮਤਲਬ ਥੋੜਾ ਦੂਰ ਖੜਾ ਫਿਰ, ਕਿਉਂ ਮੇਰੇ ਖਾਸ ਕੀ ਰੀਜ਼ਨ ਗੁੱਸਾ ਨਹੀਂ ਕਰਨਾ? ਵਾਹ ਜੀ ਵਾਹ, ਸਵੀਟ ਲੱਗਦਾ ਹੀ ਆ, ਮੈਂ ਵੀ ਬੜਾ ਗੁੱਸੇ ਵਾਲਾ, ਮੈਨੂੰ ਗੁੱਸਾ ਬਹੁਤ ਆਉਂਦਾ। ਹੁਣ ਦੇਖੇ ਤੁਸੀਂ ਬੜੇ ਸਵੀਟ ਲੱਗਦੇ ਹੋ, ਤੁਸੀਂ ਕਿੰਨੇ ਗੁੱਸੇ ਵਾਲੇ ਹੋ, ਹੈਨਾ? ਤੇ ਘਰ ਬਿਲੋਂਗ ਕਿੱਥੋਂ ਕਰਦੇ? ਤਲਵੰਡੀ ਦਾ। ਫੈਮਿਲੀ 'ਚ ਕੌਣ ਕੌਣ ਹੈ? ਦਾਦੀ ਦਾਦੀ ਮੰਮਾ ਪਾਪਾ ਐਂਡ ਬ੍ਰਦਰ। ਬ੍ਰਦਰ ਬ੍ਰਦਰ ਨਾਲ ਲੜਾਈ ਹੁੰਦੀ ਨਾ ਤੁਹਾਡੀ? ਬਹੁਤ ਜ਼ਿਆਦਾ। ਮੈਂ ਪਹਿਲੇ ਹਿਸਾਬ ਲਾ ਲਿਆ, ਜਿਹੜੀਆਂ ਭੈਣਾਂ ਸਿਹਤ 'ਚ ਇੰਨੀਆਂ ਕੁ ਹੁੰਦੀਆਂ ਨਾ, ਉਹ ਭਰਾਵਾਂ ਨਾਲ ਬਹੁਤ ਲੜਦੀਆਂ, ਹੈਨਾ? ਕਿਉਂ ਲੜਦੇ ਹੋ ਉਹਦੇ ਨਾਲ? ਆਪਣੀ ਕਲਾਸ ਦਾ ਮੈਂ ਕਾਲਜ ਟਾਈਮ ਨਾ, ਮੈਂ ਵੀ ਮੋਨੀਟਰ ਹੁੰਦਾ ਸੀ ਪੜ੍ਹਾਈ 'ਚ। ਆਪਾਂ ਨਹੀਂ ਥੱਲੇ ਕਿੰਨੇ ਕਿਹਾ ਪੜ੍ਹਾਈ 'ਚ, ਐਵੇਂ ਕਿਵੇਂ ਥੱਲੇ? ਬਹੁਤ ਪੜ੍ਹਦਾ ਮੈਂ, ਇੰਟੈਲੀਜੈਂਟ ਬਹੁਤ ਆ, ਦੇਖਣ ਨੂੰ ਲੱਗਦਾ ਮੈਂ ਦੇਸੀ ਜਿਹਾ। ਲਓ ਜੀ ਠੀਕ ਠਾਕ ਹੋ? ਸਿਹਤਾਂ ਵਧੀਆ। ਇਹ ਕੀ ਬਣਿਆ ਹੋਇਆ? ਗਾਨਾ ਬਣਿਆ ਹੋਇਆ? ਇਹ ਕਦੋਂ ਬਣਦੇ ਹੁੰਦੇ ਗਾਨਾ? ਓਕੇ ਤੇ ਗਾਨਾ ਤਾਂ ਉਹ ਬਣਦਾ ਜਿਹਦਾ ਵਿਆਹ ਹੁੰਦਾ? ਨਹੀਂ ਜਦੋਂ ਵਿਆਹ ਹੁੰਦਾ ਹੋਰ ਕੁੜੀਆਂ ਹੁੰਦੀਆਂ, ਬਣਦੀਆਂ ਹੁੰਦੀਆਂ, ਉਹ ਤਾਂ ਬਣਦੀਆਂ ਸਾਡਾ ਵਿਆਹ ਛੇਤੀ ਹੋਵੇ। ਓਬਵੀਅਸ ਪੰਜਾਬੀ ਕਲਚਰ ਦੇ ਵਿੱਚ ਐਂ ਹੁੰਦਾ, ਗਾਨਾ ਉਹਨਾਂ ਨੂੰ ਬੰਨਿਆ ਜਿਹਨਾਂ ਦੀ ਉਸ ਤੋਂ ਬਾਅਦ ਟਰਨ ਆਉਣ ਵਾਲੀ ਹੁੰਦੀ ਹੈ। ਆਹ ਵੇਖ ਲਓ ਮੈਂ ਬੰਨਿਆ ਹੀ ਨਹੀਂ। ਨਹੀਂ ਏਦਾਂ ਹੀ ਹੁੰਦਾ। ਅੱਛਾ ਐਵੇਂ ਨਹੀਂ ਹੁੰਦਾ, ਠੀਕ ਹੈ। ਕਿਹਦਾ ਵਿਆਹ ਤੇ ਸੀ ਹੁਣ? ਫਰੈਂਡ ਦੀ ਮੈਰਿਜ, ਸਿਸਟਰ ਦੀ ਮੈਰਿਜ। ਅੱਛਾ ਪਹਿਲਾਂ ਕਿਹਦੀ ਫਰੈਂਡ ਦੀ ਮੈਰਿਜ ਸੀ? ਮੈਂ ਕਿਹਾ ਫਰੈਂਡ ਦੀ ਮੈਰਿਜ 'ਚ ਉਹ ਸਕੂਲ ਕਿਵੇਂ ਆ ਗਈ? ਨਹੀਂ ਕੱਲ੍ਹ ਸੀਗੀ। ਅੱਛਾ ਅੱਜ ਕੁਛ ਲੈ ਕੇ ਆਏ ਹੋ ਨਾਲ, ਲੱਡੂ ਵਗੈਰਾ ਜਾਂ ਕੁਛ ਬਰਫੀ ਜਾਂ ਕੁਛ ਪਕੌੜੇ ਪਕੌੜੇ? ਲੈ ਆਹ ਗੱਲ ਗਲਤ ਹੈ, ਸਪੈਸ਼ਲ ਪਹਿਲਾਂ ਪਕੌੜੇ ਖਾਣ ਲਈ ਘਰੇ ਆਵਾਂ ਤੁਹਾਡੇ, ਤਦ ਤੱਕ ਉਹ ਬੇ ਬੂਹੇ ਫੜਾ ਦਿਓ ਚੱਕ ਕੇ ਮੈਨੂੰ। ਹੁਣ ਬਾਕੀ ਫਰੈਂਡਸ ਨੂੰ ਪਾਰਟੀ ਦਿੱਤੀ? ਉੱਧਰ ਨਾ ਵੇਖੋ ਆਪ, ਤੁਸੀਂ ਬਾਕੀ ਵਿਆਹ ਵੇਖ ਕੇ ਆਏ ਹੋ, ਬਾਕੀਆਂ ਨੂੰ ਮੂੰਹ ਮਿੱਠਾ ਕਰਾਇਆ? ਕਿਸ ਦਾ? ਟੀਚਰ ਦਾ ਮੂੰਹ ਮਿੱਠਾ ਕਰਾਇਆ? ਵੇਖ ਦੋਸਤੀ ਤੋੜ ਦਿਓ ਅੱਜ ਤੁਸੀਂ, ਅੱਜ ਤੋਂ ਬਾਅਦ ਉਹਦੇ ਨਾਲ ਰਿਲੇਸ਼ਨਸ਼ਿਪ ਬੰਦ, ਠੀਕ ਹੈ? ਤੁਹਾਡੀ ਉਹ ਕੁਛ ਨਹੀਂ ਲੱਗਦੀ, ਬੁਲਾਓ ਉਹ ਫਰੈਂਡ ਨੂੰ। ਲਓ ਜੀ ਫਰੈਂਡ ਜੀ ਨੇ ਕਨੇਡਾ ਹੋਰਾਂ ਕੱਢੀਆਂ। ਕੀ ਹਾਲ ਚਾਲ ਜੀ ਤੁਹਾਡਾ? ਠੀਕ ਠਾਕ ਹੋ? ਪਹਿਲਾਂ ਤਾਂ ਲਾਂਭੇ ਬੰਦੇ ਤਾਂ ਦਿਲ ਦੋ ਤਿੰਨ, ਇੱਕ ਤਾਂ ਤੁਸੀਂ ਸਾਨੂੰ ਯਾਦ ਨਹੀਂ ਸੱਦਿਆ, ਦੂਜਾ ਤੁਸੀਂ ਮੂੰਹ ਮਿੱਠਾ ਨਹੀਂ ਕਰਾਇਆ। ਨਹੀਂ ਯਾਦ, ਇਹ ਭੁੱਲਣ ਵਾਲੀ ਚੀਜ਼ ਹੈ, ਇੰਨਾ ਚਾਹ ਹੁੰਦਾ ਬੰਦੇ ਨੂੰ, ਬੰਦਾ ਖੁਸ਼ੀ ਨਾਲ ਕਰੋ ਸਮਾਨ ਤੁਹਾਨੂੰ ਚੋਰੀ ਕਰਕੇ ਲੈ ਆਉਂਦਾ ਸਕੂਲੇ, ਸਾਰਿਆਂ ਨੂੰ ਵੜ ਦਿੰਦਾ। ਕੱਲ੍ਹ ਲੈ ਕੇ ਆਉਂਗੇ? ਵਿਆਹ ਕਦੋਂ ਹੋਇਆ? ਪਰਸੋਂ ਸੀ, ਦੋ ਦਿਨ ਹੋ ਗਏ ਵਿਆਹ ਹੋਏ ਨੂੰ। ਤੇ ਅੱਜ ਤੁਸੀਂ ਅੱਜ ਤੱਕ ਮੂੰਹ ਮਿੱਠਾ ਨਹੀਂ ਕਿਸੇ ਦਾ ਕਰਾਇਆ? ਅੱਛਾ ਕੱਲ ਤਾਂ ਸੰਡੇ ਸੀ ਨਾ, ਆਈ ਥਿੰਕ। ਨਹੀਂ ਕੱਲ ਮੰਡੇ ਸੀ, ਕੱਲ ਤੁਸੀਂ ਸਕੂਲ ਨਹੀਂ ਆਏ, ਸੰਡੇ ਵਿਆਹ ਸੀਗਾ, ਕੱਲ ਤੁਸੀਂ ਸਕੂਲ ਨਹੀਂ ਆਏ, ਅੱਜ ਮੂੰਹ ਮਿੱਠਾ ਕਰਾਇਆ ਨਹੀਂ। ਇੱਕ ਦਿਨ ਰੈਸਟ ਲਈ ਬਹੁਤ ਹੁੰਦਾ, ਵੈਸੇ ਬੰਦਾ ਰੈਸਟ ਕਰਕੇ ਸੋਚ ਸਕਦਾ ਮੈਂ ਕਿਹਨੂੰ ਕਿਹਨੂੰ ਪਾਰਟੀ ਦੇਣੀ ਹੈ, ਇੰਨਾ ਹੀ ਪਤਾ ਹੁੰਦਾ ਮੈਨੂੰ ਸਕੂਲ ਪਾਰਟੀ ਮੰਗਣੀ ਹੈ। ਅੱਛਾ ਸੋਚਣ ਦਾ ਟਾਈਮ ਨਹੀਂ ਮਿਲਿਆ, ਠੀਕ ਹੈ। ਆਹ ਸੋਚਣ ਦਾ ਟਾਈਮ ਮਿਲ ਗਿਆ ਸੀ, ਮੈਂ ਗਾਨਾ ਗੁਣਾ ਲੈ ਕੇ ਜਾਣਾ ਨਾਲ। ਸੈਕਿੰਡਸ ਕਿੰਨੇ ਹੁੰਦੇ ਆ ਸਾਲ ਵਿੱਚ? ਇਹਨੂੰ ਪਤਾ ਕਿੰਨੇ ਹੁੰਦੇ ਆ? 15 ਕਰੋੜ। ਹਾਂ ਨਹੀਂ 26 ਕਰੋੜ 15 ਲੱਖ। ਹਾਂ 26 ਇਹ ਮੈਂ ਲਾਓ ਤਾਂ ਕਰਿਓ ਕਾਊਂਟ ਕਰੇਗੀ ਬੇਟੀ ਬੇਟੀ, ਮੈਂ ਕੈਲਕੂਲੇਟਰ ਤੁਸੀਂ ਸੀ ਕਾਊਂਟ ਕਰ ਲਾਂ ਕਿੰਨੇ ਬੰਦੇ, ਕਿੱਥੇ ਕਾਊਂਟ ਕੀਤੇ ਸੀ ਦੱਸੋ ਮੈਨੂੰ ਮਾੜਾ ਜਿਹਾ। 3 ਕਰੋੜ 15 ਲੱਖ ਪਹਿਲਾਂ, 26 ਕਰੋੜ ਹੁਣ 3 ਕਰੋੜ, ਇੱਕ ਜੀ ਤੇ ਦੱਸੋ ਇੱਕ ਕਿੰਨੇ ਹੁੰਦੇ ਆ? 10 ਕਰੋੜ 15 ਲੱਖ 26 ਹਜ਼ਾਰ 26 ਹਜ਼ਾਰ ਗਲਤ ਆਂਸਰ।
ਬਿਲਕੁਲ ਹੀ ਗਲਤ ਆਨਸਰ ਪਰਫਾਰਮ ਕਰਾਂਗੇ ਕੋਈ ਤੁਸੀਂ ਸੌਂਗ ਹਾਂ ਜੀ ਪਲੀਜ਼ ਉਹ ਦਿਨੋ ਦਿਨ ਲੋਕ ਬਾਹਰ ਜਾਈ ਜਾਂਦੇ ਆ ਦਿਨੋ ਦਿਨ ਲੋਕ ਬਾਹਰ ਜਾਈ ਜਾਂਦੇ ਆ ਕੋਈ ਤਾਂ ਕਾਰਨ ਹੋ ਇਸ ਗੱਲ ਦਾ ਉਹ ਪੜ੍ਹ ਕੇ ਵੀ ਸਾਨੂੰ ਇੱਥੇ ਮਿਲਦਾ ਨਹੀਂ ਕੰਮ ਕਿ ਬਣੂ ਜਿਵੇਂ ਸਾਡਾ ਇਹ ਦੇਸ਼ ਚੱਲਦਾ ਉਹ ਪੜ੍ਹ ਕੇ ਵੀ ਸਾਨੂੰ ਇੱਥੇ ਮਿਲਦਾ ਨਹੀਂ ਕੰਮ ਕਿ ਬਣੂ ਜਿਵੇਂ ਸਾਡਾ ਇਹ ਦੇਸ਼ ਚੱਲਦਾ ਕੀ ਬਾਤ ਹੈ ਬਹੁਤ ਸੋਹਣਾ ਤੁਹਾਡਾ ਫਿਊਚਰ ਗੋਲ ਤੁਹਾਡਾ ਗੋਲ ਕੀ ਹੈ ਕੈਨੇਡਾ ਜਾਣਾ ਜਾਣਾ ਬਾਹਰ ਆ ਕੋਈ ਸੋਚਿਆ ਨੀ ਜਾਣਾ ਬਾਹਰ ਆ ਕੋਈ ਸੋਚਿਆ ਨੀ ਕਿਤੇ ਇਹ ਨਹੀਂ ਕਹਿੰਦਾ ਮੈਂ ਤਾਂ ਘਰੋਂ ਬਾਹਰ ਜਾਣਾ ਕੋਈ ਬਾਹਰ ਹੀ ਹੁੰਦਾ ਵੈਸੇ ਹਾਂਜੀ ਬਾਹਰ ਹੈ ਨਾ ਜਿੱਥੇ ਘਰ ਦੇ ਭੇਜਣਗੇ ਉੱਥੇ ਚੱਲ ਜਾਵਾਂਗੇ ਜਿੱਥੇ ਘਰ ਦੇ ਭੇਜਣਗੇ ਉੱਥ
ਮਸਤੀ ਕੈਂਪਸ ਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਦੀਪ ਸਿੰਘ ਧਾਲੀਵਾਲ, ਗਲੋਬਲ ਐਡੂਕੇਟ ਆਇਲਸ ਐਂਡ ਵੀਜ਼ਾ ਸਰਵਿਸਿਜ਼ ਫਰੀਦਕੋਟ ਤੋਂ। ਅਸੀਂ ਇਸ ਸੰਸਥਾ ਦੇ ਵਿੱਚ, ਇਸ ਇੰਸਟੀਚਿਊਟ ਦੇ ਵਿੱਚ ਆਇਲਸ, ਪੀ ਟੀ ਈ ਅਤੇ ਸਟੱਡੀ ਵੀਜ਼ਾ ਦੇ ਨਾਲ ਡੀਲ ਕਰਦੇ ਹਾਂ। ਸਟੱਡੀ ਵੀਜ਼ਾ ਆਫ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਐਂਡ ਸਾਡੇ ਕਾਫੀ ਕਾਲਜਿਸ ਐਂਡ ਯੂਨੀਵਰਸਿਟੀਜ਼ ਨਾਲ ਡਾਇਰੈਕਟ ਆਇਆਪਸ ਹੋਣ ਕਰਕੇ ਜਿਹੜਾ ਕੋਈ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਮੇਰਾ ਵਿਊਵਰ, ਸੋ ਯੂ ਆਰ ਆਲਵੇਜ਼ ਵੈਲਕਮ। ਐਂਡ ਆਲਸੋ ਇਨ ਆਇਲਸ ਵੀ ਆਰ ਇਨ ਦ ਟੋਪ 10 ਆਫ ਪੰਜਾਬ, ਵੀ ਆਰ ਦ ਲਾਈਕ ਪ੍ਰਾਊਡ ਪਲੈਟੀਨਮ ਮੈਂਬਰਸ ਆਫ ਬ੍ਰਿਟਿਸ਼ ਕਾਊਂਸਲ ਐਂਡ ਆਲਸੋ ਵੀ ਆਰ ਇਨ ਦ 3-star ਕੈਟੇਗਰੀ ਆਫ ਆਈ ਡੀ ਪੀ ਰੈਂਕਿੰਗ। ਸੋ ਸਾਡੇ ਜਿਹੜੇ ਫੈਕਲਟੀ ਆ, ਦੇ ਆਰ ਵੈਲ ਐਕਸਪੀਰੀਅੰਸਡ, ਵੈਲ ਲਾਈਕ ਸਕਿੱਲਡ, ਐਂਡ ਸਾਡੇ ਜਿਹੜੇ ਰਿਜ਼ਲਟਸ ਹੈ ਉਹ ਤੁਸੀਂ ਸਾਡੀਆਂ ਸੋਸ਼ਲ ਨੈਟਵਰਕਿੰਗ ਵੈਬਸਾਈਟਸ 'ਤੇ ਦੇਖ ਹੀ ਸਕਦੇ ਹੋ। ਦੇ ਆਰ ਰੀਲੀ ਵੈਰੀ ਆਈ ਕੈਚਿੰਗ ਇੰਪ੍ਰੈਸਿਵ, ਐਂਡ ਕਾਫੀ ਸਾਰੇ ਸਟੂਡੈਂਟਸ ਆਪਣਾ ਫਿਊਚਰ ਬਣਾ ਚੁੱਕੇ ਹੈ। ਸੋ ਜਿਹੜੇ ਮੇਰੇ ਵਿਊਵਰਸ ਸਾਡੇ ਕੋਲੋਂ ਆਇਲਸ, ਪੀ ਟੀ ਜਾਂ ਕੋਈ ਹੋਰ ਸਬਜੈਕਟਸ ਲੈਣਾ ਚਾਹੁੰਦੇ ਹੈ ਤਾਂ ਉਹ ਸਾਨੂੰ ਗਲੋਬਲ ਐਡੂਕੇਅਰ ਫਰੀਦਕੋਟ, ਕੋਟਕਪੂਰਾ ਜਾਂ ਮਲੋਟ, ਜਿਹੜੀ ਵੀ ਤੁਹਾਡੀ ਬ੍ਰਾਂਚ ਨੇੜੇ ਆ, ਤੁਸੀਂ ਉੱਥੇ ਜਾ ਕੇ ਆਪਣੀਆਂ ਸਰਵਿਸਿਜ਼ ਲੈ ਸਕਦੇ ਹੋ। ਥੈਂਕ ਯੂ ਸੋ ਮਚ। ਮਸਤੀ ਕੈਂਪਸ ਦੀ। ਵੈਲਕਮ ਬੈਕ, ਤੁਹਾਡਾ ਆਪਣਾ ਫੇਵਰੇਟ ਸ਼ੋਅ ਮਸਤੀ ਕੈਂਪਸ ਦੀ। ਸਾਡੇ ਸਪੋਂਸਰ ਨੇ ਜੀ ਗਲੋਬਲ ਐਡੂਕੇਅਰ। ਅੱਜ ਮੈਂ ਪਹੁੰਚਿਆ ਹੋਇਆ ਜੀ SBR DAV ਸਕੂਲ ਤਲਵੰਡੀ ਭਾਈ ਦੇ ਵਿੱਚ। ਸਟੂਡੈਂਟਸ ਮੇਰੇ ਨਾਲ ਨੇ, ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਨੇ, ਆਪਾਂ ਹੋਰ ਗੱਲਾਂ ਬਾਤਾਂ ਅੱਗੇ ਵਧਾਉਣੇ ਆ, ਅੱਜ ਕਰਦੇ ਗੱਲਬਾਤ। ਕੀ ਹਾਲ ਚਾਲ? ਬਹੁਤ ਵਧੀਆ ਜੀ, ਤੁਸੀਂ ਦੱਸੋ ਜੀ? ਬਹੁਤ ਵਧੀਆ, ਸਿਹਤਾਂ ਠੀਕ ਨੇ? ਬਹੁਤ ਵਧੀਆ। ਤੂੰ ਸੋਹਣਾ ਬਹੁਤ ਆ ਯਾਰ। ਹੈਂ? ਕੁਦਰਤੀ ਕੁਦਰਤੀ ਸੋਹਣਾ ਬਣ ਗਿਆ, ਠੀਕ ਹੈ। ਕਦੀ ਕਿਸੇ ਨੂੰ ਕਿਹਾ? ਕੌਣ ਕਹਿੰਦਾ ਸੀਗਾ? ਕੁੜੀਆਂ ਹੀ ਕਹਿੰਦੀਆਂ। ਓਏ, ਘਰਦੇ ਕਹਿੰਦੇ ਆ? ਘਰਦੇ ਕਹਿੰਦੇ ਆ। ਹੋਰ ਯਾਰ ਦੋਸਤ ਕੀ ਕਹਿੰਦੇ ਆ? ਇਹ ਤਾਂ ਬੋਲਦੇ ਹੀ ਰਹਿੰਦੇ, ਇਹਨਾਂ ਨੇ ਇਹ ਕਹਿੰਦੇ ਨੇ ਕੰਮਾਂ ਹੀ ਆ। ਪਰਫਾਰਮ ਕਰਿਆ ਕੁਛ? ਨਹੀਂ, ਕੁਛ ਨਹੀਂ ਕਰਨਾ। ਇੱਕ ਸਾਲ ਸੈਕਿੰਡਸ ਕਿੰਨੇ ਹੁੰਦੇ ਆ? 8,16,08,000। ਕਿੱਥੇ ਕਾਊਂਟ ਕਰਕੇ ਆਇਆ? ਕੱਲ ਹੀ ਕੀਤੇ ਫੋਨ ਤੇ। ਕਿਉਂ ਕੱਲ ਕਿਉਂ ਕੀਤੇ ਸੀਗੇ? ਵੈਸੇ ਹੀ ਉੱਥੇ ਯੂਟਿਊਬ ਤੇ ਵੇਖੀ ਜਾਂਦਾ ਜੀ, ਉਹਨਾਂ ਨੇ ਪੁੱਛਿਆ, ਫਿਰ ਮੈਂ ਵੀ ਕਰਕੇ ਵੇਖ। ਅੱਛਾ, ਨਹੀਂ ਵੈਸੇ ਆਨਸਰ ਤੇਰਾ ਬਿਲਕੁਲ ਗਲਤ ਹੈ, ਸੱਚੀਓ ਗਲਤ ਹੈ। ਮੇਲਾ ਤਾਂ ਤੁਸੀਂ ਗਲਤ ਹੋ। ਨਹੀਂ ਨਹੀਂ, ਤੇਰਾ ਆਨਸਰ ਗਲਤ ਹੈ ਇਹ। ਚਲੋ, ਸ਼ੌਂਕ ਕੀ ਕੀ ਨੇ? ਸ਼ੌਂਕ ਗੱਡੀ ਚਲਾਉਣਾ, ਜਿਮ। ਜਿਮ ਜਿਮ ਜਾਣਾ? ਹਾਂਜੀ। ਕੀ ਬਾਤ ਹੈ, ਪੁਸ਼ਅਪ ਲਾ ਕੇ ਦਿਖਾਏਗਾ ਫਿਰ? ਹਾਂਜੀ। ਕਿੰਨੇ ਜਿੰਨੇ ਲੱਗ ਗਏ? ਚਲਾ ਜਾ ਫਿਰ, ਚਲੋ ਸਟਾਰਟ। 1, 2, 3, 4, 5, 6, 7। ਚੱਲ ਚੱਲ ਚੱਲ, ਲੱਗ ਜਾਣੇ 50 ਤਾਂ ਪੂਰੇ ਕਰਦੇ।
ਚਲ ਵਾਹ ਕਿਆ ਬਾਤ ਹੈ ਵੀ ਤਾੜੀਆਂ ਮੁੰਡੇ ਲਈ ਬਹੁਤ ਵਧੀਆ ਬਹੁਤ ਵਧੀਆ ਵਧੀਆ ਵੈਸੇ ਮੈਂ ਵੀ ਇਹ ਕਹਿੰਦਾ ਵੀ ਸਾਰਿਆਂ ਨੂੰ ਜਿੰਮ ਜ਼ਰੂਰ ਜਾਣਾ ਚਾਹੀਦਾ ਆ ਫਿਜ਼ੀਕਲ ਐਕਟੀਵਿਟੀ ਜਿੰਨੀਆਂ ਹੋ ਵੱਧ ਤੋਂ ਵੱਧ ਕਰੋ ਮੇਰਾ ਵੀ ਦਿਲ ਬਹੁਤ ਕਰਦਾ ਜਿੰਮ ਜਾਣ ਨੂੰ ਪਰ ਕੀ ਕਰਾਂ ਸਵੇਰੇ ਉੱਠਿਆ ਨਹੀਂ ਜਾਂਦਾ ਸ਼ਾਮੀ ਚੱਲ ਜਾਇਆ ਕਰੋ ਸ਼ਾਮੀ ਟਾਈਮ ਨਹੀਂ ਹੁੰਦਾ ਹੋਰ ਸਭ ਸੁੱਖ ਸਾਂਤ ਹੈ ਫਿਊਚਰ ਪਲਾਨ ਕੀ ਹੈ ਤੇਰਾ ਬਾਹਰ ਹੀ ਬਾਹਰ ਹੀ ਜਾਣਾ ਆ ਮਤਲਬ ਗਲੋਬਲ ਐਡੂਕੇਟ ਸਾਰੇ ਪਹੁੰਚਣ ਵਾਲੇ ਫਿਰ ਤੁਸੀਂ ਆਉਣਾ ਚਲੋ ਥੈਂਕ ਯੂ ਸੋ ਮਚ ਵੀਰ ਥੈਂਕ ਯੂ ਫਿਊਚਰ ਪਲਾਨ ਕੀ ਹੈ ਤੇਰਾ ਫਿਊਚਰ ਪਲਾਨ ਬਸ ਸਰਕਾਰੀ ਨੌਕਰੀ ਭਾਲ ਲਈ ਓਏ ਹੋਏ ਭਾਲਦਾ ਮੈਂ ਜੇ ਗੁਆਚੀ ਹੁੰਦੀ ਹੈ ਕਿਤੇ ਹੈ ਕਿੱਦਾਂ ਦੀ ਸਰਕਾਰੀ ਨੌਕਰੀ ਭਾਲਦਾ ਕੀ ਬਣਨਾ ਚਾਹੁੰਦਾ ਮੈਂ ਬਸ ਕਰਦੇ ਸੁਪਨੇ ਪੂਰੇ ਕਰਨੇ ਚਾਹੁੰਦਾ ਨਹੀਂ ਨਹੀਂ ਸਰਕਾਰੀ ਨੌਕਰੀ 'ਚ ਕੀ ਬਣਨਾ ਚਾਹੁੰਦਾ ਸਰਕਾਰੀ ਨੌਕਰੀ 'ਚ ਚਪੜਾਸੀ ਦੀ ਵੀ ਹੁੰਦੀ ਹੈ ਨਹੀਂ ਉਹ ਐਡੀ ਬੜੀ ਯਾਰ ਉਹ ਮਾੜੀ ਥੋੜ੍ਹੀ ਹੁੰਦੀ ਹੈ ਹੱਦ ਹੋ ਗਈ ਉਹ ਸਭ ਤੋਂ ਵੱਡੀ ਤਗੜੀ ਪੋਸਟ ਹੁੰਦੀ ਆ ਮਤਲਬ ਲਾਈਕ ਹਰੇਕ ਨੂੰ ਹਰੇਕ ਬੰਦੇ ਦੀ ਸੇਵਾ ਕਰਨੀ ਹਰੇਕ ਬੰਦੇ ਨੂੰ ਪਾਣੀ ਪਿਆਉਣਾ ਹਰੇਕ ਬੰਦੇ ਦੇ ਮੂੰਹ 'ਚ ਦਾਣਾ ਪਾਉਣਾ ਕਿੱਡੀ ਵੱਡੀ ਨੌਕਰੀ ਆ ਉਹ ਇਹ ਤਾਂ ਹੈ ਜੀ ਠੀਕ ਹੈ ਨਾ ਉਹਦਾ ਛੋਟਾ ਨਹੀਂ ਹੁੰਦਾ ਕੋਈ ਵੀ ਤੂੰ ਦੱਸ ਤੂੰ ਕੀ ਬੰਨਾ ਜਾਣਾ ਮੈਂ ਰੇਲਵੇ ਵਾਲੇ ਪਾਸੇ ਜਾਣਾ ਰੇਲਵੇ ਵਾਲੇ ਪਾਸੇ ਕੀ ਕਰਨਾ ਰੇਲਵੇ ਪਾਸੇ ਰੇਲ ਰੂਲ ਢਾਉਣੀ ਹੈ ਕੀ ਕਰਨਾ ਨਹੀਂ ਨਹੀਂ ਮੈਂ ਫਾਟਕ ਚੱਕਾਂਗਾ ਫਾਟਕ ਲਾਉਣਾ ਨਹੀਂ ਚੱਕਣਾ ਹੀ ਹੈ ਇਹ ਕੀ ਖਾਸ ਰੀਜ਼ਨ ਕੀ ਹੈ ਇਹਦਾ ਤਲਵੰਡੀ 'ਚ ਰਸ਼ ਬਹੁਤ ਰਹਿੰਦਾ ਇਹ ਠੀਕ ਹੈ ਮੁੰਡੇ ਦਾ ਮੈਂ ਫਿਊਚਰ ਪਲਾਨ ਵੀ ਰੇਲਵੇ 'ਚ ਜੋਬ ਕਰਨ ਲਈ ਜਦੋਂ ਰਸ਼ ਦਾ ਫਾਟਕ ਚੱਕ ਦੇਣਾ ਕਰਾਂ ਜਦੋਂ ਟ੍ਰੇਨ ਆ ਗਈ ਫਿਰ ਭਾਵੇਂ ਬੰਦੇ ਚੱਕ ਨਹੀਂ ਤੂੰ ਨੁਕਸਾਨ ਕਰੇਗਾ ਬਹੁਤ ਜ਼ਿਆਦਾ ਹੈਂ ਜੇ ਇੱਥੇ ਤੂੰ ਆਪਣਾ ਪਰਿਵਾਰ ਦੇ ਵੈਸੇ ਸਾਰੇ ਸਾਰੇ ਪਰਿਵਾਰ ਆਪਣੇ ਹੁੰਦੇ ਨੇ ਸਾਰੇ ਜਿਹੜੇ ਆਲੇ ਦੁਆਲੇ ਸਾਰਾ ਆਪਣਾ ਪਰਿਵਾਰ ਨੇ ਆਪਦਾ ਹੀ ਨੇ ਤੇ ਨੁਕਸਾਨ ਨਾ ਹੋਏਗਾ ਤਾਂ ਹੈਂ ਇਹ ਤਾਂ ਬਸ ਹਾਸਾ ਮਜ਼ਾਕ ਆ ਹਾਂ ਫਿਰ ਠੀਕ ਹੈ ਚੰਗੀ ਚੀਜ਼ ਕਰਨੀ ਹੈ ਨਾ ਸਾਲ ਦੇ ਵਿੱਚ ਸੈਕਿੰਡਸ ਕਿੰਨੇ ਹੁੰਦੇ ਆ ਬਸ ਪਤਾ ਨਹੀਂ ਜੈ ਜੈ ਲਾੜੇ ਠੀਕ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਕੀ ਨਾਮ ਤੁਹਾਡਾ ਮਨਪ੍ਰੀਤ ਕੌਰ ਤੁਹਾਡਾ ਜੀ ਤੁਸੀਂ ਬੈਸਟ ਫਰੈਂਡ ਹੋ ਹਾਂਜੀ ਇਹਦੀਆਂ ਦੋ ਤਿੰਨ ਕਮੀਆਂ ਦੱਸੋ ਮੈਨੂੰ ਕਮੀਆਂ ਦੱਸੋ ਇਹਦੀਆਂ ਇਹਦਾ ਗੁੱਸਾ ਤੇ ਇਹਦਾ ਬਸ ਬਾਕੀ ਤਾਂ ਵਧੀਆ ਗੁੱਸਾ ਹੀ ਮਾੜਾ ਬਸ ਗੁੱਸਾ ਮਾੜਾ ਗੁੱਸੇ ਲੜੀ ਗਈ ਤੁਹਾਡੇ ਨਾਲ ਹੁਣੇ ਹੋ ਗਏ ਏਡੀ ਲੜੀ ਹੁਣੇ ਕਿਹੜੀ ਗੱਲ ਤੇ ਲੜੇ ਹੋ ਬਸ ਬੈਠਣ ਪਿੱਛੇ ਉਹ ਵੀ ਹੈ ਨਹੀਂ ਸੀ ਐਵੇਂ ਬਸ ਬਣਾ ਲਈ ਲੜਨ ਦੀ ਅਸਲ ਲੜਨ ਨੂੰ ਦਿਲ ਕਰਦਾ ਸੀ ਇਹਦਾ ਇੰਨਾ ਕਰ ਗਿਆ ਫਿਰ ਕੁੱਟਿਆ ਕਿ ਬੁਜੇ ਨੂੰ ਨਹੀਂ ਇੰਨੇ ਤਾਂ ਨਹੀਂ ਹਾਂਜੀ ਬਸ ਬਾਅਦ ਚ ਬੋਲ ਪਏ ਨਹੀਂ ਲੜਾਈ ਜਿਹੜੀ ਤੁਹਾਡੀ ਹੁੰਦੀ ਹੈ ਉਹ ਫਿਰ ਹੱਥਾਂ ਨਾਲ ਚੱਲਦੀ ਹੈ ਜ਼ੁਬਾਨ ਨਾਲ ਚੱਲਦੀ ਹੈ ਨਹੀਂ ਬਸ ਜਦੋਂ ਲੜਾਈ ਹੁੰਦੀ ਹੈ ਉਹ ਅਸੀਂ ਇੱਕ ਦੂਜੇ ਨਾਲ ਬੋਲਦੇ ਨਹੀਂ ਇਹ ਹੋਰ ਨਾਲ ਰਹਿ ਜਾਂਦੀ ਮੈਂ ਹੋਰ ਨਾਲ ਬਾਅਦ ਚ ਫਿਰ ਗੱਟੀਆਂ ਚਲੋ ਇਹ ਲੜਾਈ ਵੈਸੇ ਵਧੀਆ ਨਾ ਐਵੇਂ ਇਹ ਤੋਂ ਪਹਿਲਾਂ ਕਿ ਤੁਸੀਂ ਚਪੇੜੋ ਚਪੜੀ ਹੋ ਚੰਗਾ ਕੰਮ ਕਹਿੰਦੇ ਚੰਗੇ ਚੰਗੇ ਪੋਜ਼ਿਟਿਵ ਚੀਜ਼ਾਂ ਦੱਸੋ ਇਹਦੀਆਂ ਪੋਜ਼ਿਟਿਵ ਦੱਸੋ ਤੁਸੀਂ ਸਿੰਗਿੰਗ ਅੱਛਾ ਮਤਲਬ ਪਹਿਲਾਂ ਗਾਣੇ ਸੁਣੀ ਹੈ ਨਾ ਪਹਿਲਾਂ ਤੁਸੀਂ ਗਾਣੇ ਸੁਣਾਓ ਬਾਕੀ ਗੱਲਾਂ ਫਿਰ ਕਰਾਂਗੇ ਆਪਾਂ ਅੱਛਾ ਦੋਵੇਂ ਸਿੰਗਰ ਹੋ ਤੁਸੀਂ ਚਲੋ ਆਓ ਜੀ ਸੁਣਾਓ ਤੇਰੇ ਦਿਲ ਨੂੰ ਮੇਰੇ ਦਿਲ ਤੱਕ ਰਾਵਾਂ ਆਉਣੀਆਂ ਨਹੀਂ ਇਹ ਵੀ ਮਨ ਦੀ ਬਿਨ ਮੇਰੇ ਤੈਨੂੰ ਸਾਹਾਂ ਆਉਣੀਆਂ ਨਹੀਂ ਪਿਆਰ ਮੁਕੱਦਰ ਅੜਿਆ ਇੰਨੀ ਛੇਤੀ ਨਹੀਂ ਬਣਦੇ ਕਿਸੇ ਨਜ਼ਰ ਦੇ ਕੋਲੋਂ ਐਵੇਂ ਧੋਖਾ ਖਾਵੀ ਨਾ ਰੂਹ ਤੱਕ ਪਹੁੰਚੀ ਪਈਆ ਜਿਹੜੀ ਸੂਰਤ ਆ ਰੋਏ ਜਾਂਦੀ ਜਾਂਦੀ ਕਹਿ ਗਈ ਮੈਨੂੰ ਚੇਤਿਆਂ ਵੀ ਨਾ ਚਲੋ ਬਹੁਤ ਵਧੀਆ ਬਹੁਤ ਵਧੀਆ ਅੱਛਾ ਗਾਣਾ ਬੜਾ ਸੋਹਣਾ ਗਿਆ ਤੇ ਬੜਾ ਸੀਰੀਅਸ ਹੋ ਗਿਆ ਦੱਸ ਜਮਾਂ ਨਹੀਂ ਕੁੜੀਆਂ ਹਿੱਲੀਆਂ ਇੱਦਾਂ ਖੜ ਗਈਆਂ ਜਦੋਂ ਕਿੱਥੋਂ ਸਿੱਖਿਆ ਗਾਣਾ ਕਬੱਡੀ ਕਿੱਥੇ ਖੇਡ ਗਏ ਹੁਣ ਤੱਕ ਸਕੂਲ ਤੱਕ ਹੈ ਨੈਸ਼ਨਲ ਤੱਕ ਕਿਆ ਬਾਤ ਹੈ ਕਲੈਪਿੰਗ ਵੀ ਕੁੜੀਆਂ ਦੀ ਹੈ ਨਾ ਬਹੁਤ ਵਧੀਆ ਸਪੋਰਟਸ ਨੂੰ ਸਪੋਰਟ ਵੀ ਕਰਿਆ ਕਰੋ ਅਤੇ ਆਪ ਖੇਡਿਆ ਵੀ ਕਰੋ ਇਹ ਜ਼ਰੂਰੀ ਹੈ ਹੈ ਨਾ ਅਤੇ ਨਾਲੇ ਤਾਂ ਡਰੱਗਸ ਤੋਂ ਦੂਰ ਰਹਿੰਦਾ ਬੰਦਾ ਨਾਲੇ ਹੋਰ ਪੁੱਠਿਆਂ ਕੰਮਾਂ ਦਾ ਦਿਮਾਗ ਨਹੀਂ ਚੱਲਦਾ ਕਿਸੇ ਪਾਸੇ ਹਾਂ ਫਿਜ਼ੀਕਲੀ ਫਿੱਟ ਰਹਿੰਦਾ ਸਭ ਤੋਂ ਵੱਡੀ ਗੱਲ ਫਿਜ਼ੀਕਲੀ ਫਿੱਟ ਰਹਿੰਦਾ ਆ ਹਜੋ ਸਤਿ ਸ਼੍ਰੀ ਅਕਾਲ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਕਿੱਥੋਂ ਬਿਲੋਂਗ ਕਰਦੇ ਹੋ ਤਲਵੰਡੀ ਤੋਂ ਹੀ ਤਲਵੰਡੀ ਤੋਂ ਨਾਮ ਕੀ ਹੈ ਸਜਲ ਜੀ ਸਜਲ ਖੁੰਗਰ ਸਜਲ ਖੁੰਗਰ ਖੁੰਗਰ ਓਕੇ ਬਹੁਤ ਵਧੀਆ ਤੇਰਾ ਕੌਨਫੀਡੈਂਸ ਬੜਾ ਘੈਂਟ ਆ ਯਾਰ ਕਿੱਥੋਂ ਸਿੱਖਿਆ ਇਹ ਬਸ ਇੱਥੇ ਸਕੂਲ 'ਚ ਸਿੱਖਿਆ ਸਕੂਲ 'ਚ ਸਿੱਖਿਆ ਚਲੋ ਬਹੁਤ ਵਧੀਆ ਸ਼ੌਂਕ ਕੀ ਕਿਨੇ ਸ਼ੌਂਕ ਜਿੰਮ ਦਾ ਹੀ ਮੇਨ ਤਾਂ ਜਿੰਮ ਦਾ ਹਾਂਜੀ ਮੈਨੂੰ ਲੱਗਦਾ ਮੈਨੂੰ ਜਿੰਮ ਸ਼ੁਰੂ ਕਰਨੀ ਚਾਹੀਦੀ ਹੈ ਹਾਂਜੀ ਬਹੁਤ ਜ਼ਰੂਰੀ ਹੈ ਹੈ ਨਾ ਬਹੁਤ ਜ਼ਰੂਰੀ ਹੈ ਕੀਤੀ ਸੀ ਵੈਸੇ ਪੰਗਾ ਉਹੀ ਫਿਰ ਉੱਠਿਆ ਨਹੀਂ ਜਾਂਦਾ ਉਹੀ ਉੱਠਣਾ ਪੈਂਦਾ ਜੀ ਹੋਰ ਕੀ ਕੀ ਸ਼ੌਂਕ ਨੇ ਹੋਰ ਕਦੀ ਮਾੜਾ ਮਾੜਾ ਪੜ ਪੁੜ ਲਈਦੇ ਗਾਣੇ ਗੁਣੇ ਸੁਣ ਲਈਦੇ ਗਾਣਾ ਸੁਣਾ ਵੀ ਲੈਂਦਾ ਨਹੀਂ ਸੁਣੀਦੀ ਸੁਣਦਾ ਹੀ ਆ ਗੱਲਾਂ ਬਾਰਾਂ ਮਹੀਨੇ ਦੇ ਸੈਕਿੰਡਸ ਕਿੰਨੇ ਹੁੰਦੇ ਆ
8 ਕਰੋੜ 16 ਲੱਖ 5 ਹਜ਼ਾਰ ਹੀ ਨਾ ਗਲਤ ਹੈ ਬਿਲਕੁਲ ਗਲਤ ਹੈ ਕੋਰਾ ਹੀ ਗਲਤ ਹੈ ਬਿਲੋਂਗ ਕਿੱਥੋਂ ਕਰਦੇ ਹੋ ਇੱਥੋਂ ਵਿਲੇਜ ਖਰਾਜ ਵਿਲੇਜ ਖਰਾਜ ਤਾਂ ਫੈਮਿਲੀ 'ਚ ਕੌਣ ਕੌਣ ਹੈ ਫੈਮਿਲੀ ਜੁਆਇੰਟ ਫੈਮਿਲੀ ਹੈ ਦਾਦਾ ਦਾਦੀ ਚਾਚਾ ਚਾਚੀ ਮੋਮ ਡੈਡ ਅਤੇ ਮੇਰਾ ਬ੍ਰਦਰ ਅੱਛਾ ਵੇਖੋ ਦਾਦਾ ਦਾਦੀ ਚਾਚਾ ਚਾਚੀ ਤੇ ਜਦੋਂ ਆਪਦਿਆਂ ਦੇ ਗੱਲ ਹੀ ਤੇ ਮੋਮ ਡੈਡ ਵਾਹ ਹੈ ਨਾ ਕਿੰਨਾ ਵਧੀਆ ਕੰਮ ਦਾਦਾ ਦਾਦੀ ਚਾਚਾ ਚਾਚੀ ਤੇ ਮੋਮ ਡੈਡ ਮੈਂ ਕਹਿੰਦੀ ਵੀ ਮੋਮ ਡੈਡ ਹੀ ਕਹਿੰਦੀ ਅੱਛਾ ਤੇ ਬਾਕੀਆਂ ਨੂੰ ਬਾਕੀ ਨਹੀਂ ਮੈਂ ਪਹਿਲਾਂ ਹੀ ਬਾਹਰ ਰਹਿੰਦਾ ਆ ਥੈਂਕ ਯੂ ਸੋ ਮਚ ਸੁਣ ਲੈ ਪੁਕਾਰ ਭੁੱਲਿਆ ਤੂੰ ਹੀ ਤੋ ਯਾਰ ਭੁੱਲਿਆ ਮੁਰਸ਼ਿਦ ਮੇਰਾ ਤੇਰਾ ਮੁਕਾਮ ਕਮਲੇ ਸਰਹੱਦ ਕੇ ਪਾਰ ਭੁੱਲਿਆ ਪਰਵਰਦਿਗਾਰ ਭੁੱਲਿਆ ਹਾਫਿਜ਼ ਤੇਰਾ ਮੁਰਸ਼ਿਦ ਮੇਰਾ ਕਿਆ ਬਾਤ ਬਹੁਤ ਕਿੱਥੋਂ ਸਿੱਖਦੇ ਹੋ ਬਹੁਤ ਵਧੀਆ ਖੇਡ ਰਹਿਣਾ ਪੜ੍ਹਨਾ ਵੀ ਨਾਲ ਪੜ੍ਹਾਈ ਪਲੇਅਰ ਜਿਹੜੇ ਪਲੇਅਰ ਹੁੰਦੇ ਉਹ ਆਏ ਹੁੰਦੇ ਉਹ ਸਾਰੇ ਕਹਿੰਦੇ ਕੋਈ ਨੀ ਪੜ੍ਹਨਾ ਕਿੱਡੀ ਵੱਡੀ ਗੱਲ ਹੈ ਨਾ ਕਾਲਜ ਦੇ ਵਿੱਚ ਇੱਕ ਹੋਰ ਸੌਖਾ ਹੋ ਜਾਂਦਾ ਪਲੇਅਰ ਨੂੰ ਪਤਾ ਐਮਐਸਟੀ ਨੀ ਦੇਣੇ ਪੈਂਦੇ ਐਮਐਸਟੀ ਪਤਾ ਕੀ ਹੁੰਦੇ ਆ ਅੱਛਾ ਜਿਵੇਂ ਆਪਣੇ ਕੱਚੇ ਪੇਪਰ ਹੁੰਦੇ ਨਾ ਕਾਲਜ ਵਿੱਚ ਉਦਾਂ ਐਗਜ਼ਾਮ ਹੁੰਦੇ ਤਿੰਨ ਤਿੰਨ ਮਹੀਨੇ ਬਾਅਦ ਉਹਨਾਂ ਨੂੰ ਐਮਐਸਟੀ ਕਹਿੰਦੇ ਆ ਠੀਕ ਹੈ ਉਹ ਫਿਰ ਜਿਹੜੇ ਪਲੇਅਰ ਹੁੰਦੇ ਆ ਜਾਂ ਜਿਹੜੇ ਕਲਚਰਲ ਐਕਟੀਵਿਟੀ ਕਰਦੇ ਨੇ ਉਹਨਾਂ ਨੂੰ ਦੇਣੇ ਪੈਂਦੇ ਆ ਉਹ ਵੀ ਨੰਬਰ ਲੱਗ ਜਾਂਦੇ ਆ ਵੈਸੇ ਮੈਂ ਗਲਤ ਸਲਾਹ ਦੇਈ ਆ ਨਾ ਸਾਰਿਆਂ ਨੂੰ ਨਹੀਂ ਨਹੀਂ ਪੜ੍ਹਨਾ ਪੈਂਦਾ ਪੇਪਰ ਦੇਣੇ ਪੈਂਦੇ ਨੰਬਰ ਤਾਂ ਲੱਗਦੇ ਆ ਠੀਕ ਹੈ ਥੈਂਕ ਯੂ ਸੋ ਮਚ ਜੀ ਥੈਂਕ ਯੂ ਕੀ ਪਰਫੋਰਮ ਕਰਨਾ ਕੁਛ ਵੀ ਨਹੀਂ ਕਰਨਾ ਗੱਲਾਂ ਹੀ ਕਰਨੀਆਂ ਹਾਂਜੀ ਕਰੀਏ ਗੱਲਾਂ ਫਿਰ ਕਰੋ ਸ਼ੁਰੂ ਮੈਂ ਤਾਂ ਇੰਨੇ ਚਿਰ ਤਾਂ ਭੁੱਲ ਹੀ ਜਾਣਾ ਇਕੱਲਾ ਹੀ ਬਾਹਰੋਂ ਆਏ ਪਿਓ ਪੁੱਤ ਪਤਾ ਨਹੀਂ ਇੱਕ 12 ਮਹੀਨੇ ਦੇ ਕਿੰਨੇ ਸੈਕਿੰਡ ਹੁੰਦੇ ਆ ਤੇਰਾ ਨਾਂ ਕੀ ਹੈ ਅਭਿਨਾਸ਼ ਤੇਰੇ ਡੈਡੀ ਦਾ ਨਾਂ ਕੀ ਹੈ ਨਰੇਸ਼ ਕੁਮਾਰ ਮੰਮੀ ਦਾ ਨਾਂ ਕੀ ਹੈ ਸਰੋਜ ਬਾਲਾ ਸ਼ਰਮਾ ਭੈਣ ਦਾ ਨਾਂ ਕੀ ਹੈ ਅਣੂ ਸ਼ਰਮਾ ਭਰਾ ਦਾ ਨਾਂ ਕੀ ਹੈ ਸ਼ੁਭਮ ਸ਼ਰਮਾ ਚਾਚਾ ਦਾ ਨਾਂ ਕੀ ਹੈ ਚਾਚਾ ਹੈ ਤਾਏ ਦਾ ਨਾਂ ਕੀ ਹੈ ਰਗੇਸ਼ ਮਤਲਬ ਤਾਈ ਦਾ ਬਾਕੀ ਨਾਨਕੇ ਜਾ ਕੇ ਅੱਜ ਫਿਰ ਕਲੀਅਰ ਤਾਂ ਕਰਕੇ ਆ ਵੀ ਨਾ ਕੀ ਨੇ ਕੋਈ ਨੀ ਜਾਵਾਂਗੇ ਸ਼ੌਂਕ ਕੀ ਤੇਰੇ ਸ਼ੌਂਕ ਤਾਂ ਬਸ ਖੇਡਣਾ ਹੀ ਖੇਡਣਾ ਕੀ ਖੇਡਦਾ ਬਹੁਤ ਸਾਰੀ ਮਸਤੀ ਬੱਚਿਆਂ ਨਾਲ ਹੋਪ ਇਹਨਾਂ ਨੇ ਵੀ ਇੰਜੋਏ ਕੀਤਾ ਹੋਣਾ ਤਾਂ ਤੁਸੀਂ ਵੀ ਇੰਜੋਏ ਕਰ ਰਹੇ ਹੋਵੋਗੇ ਮਿਲਾਂਗਾ ਨਵੇਂ ਸ਼ੋਅ ਦੇ ਵਿੱਚ ਨਵੇਂ ਨਵੇਂ ਸਕੂਲ ਦੇ ਵਿੱਚ ਫਿਰ ਕਰਾਂਗਾ ਬਹੁਤ ਸਾਰੀਆਂ ਗੱਲਾਂ ਤਦ ਤੱਕ ਤੁਸੀਂ ਦੇਖ ਰਹੇ ਹੋ ਆਪਣਾ ਫੇਵਰੇਟ ਸ਼ੋਅ ਮਸਤੀ ਕੈਂਪਸ ਦੀ ਸਾਡੇ ਸਪੌਂਸਰ ਨੇ ਜੀ ਗਲੋਬਲ ਐਡੂਕੇਅਰ ਅੱਜ ਮੈਂ ਆਇਆ ਹੋਇਆ ਸੀਗਾ ਜੀ SBR DAV ਸਕੂਲ ਤਲਵੰਡੀ ਭਾਈ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ Hello everyone, this is Kuldeep Singh Taliwal from Global Educare IELTS and Visa Services, Faridkot. We are like at this organization, we are giving our best services to the society of IELTS PT Study Visa of Australia, Canada and New Zealand. We have got tie-ups with the many colleges and universities. So if you'd like to, if you're looking for the to study abroad, do not hesitate to visit us, get our counseling for the same, and after the decision will be yours. And also being the platinum members of British Council, we are in the top 10 of Punjab in the ranking of British Council. So I would request all of my viewers, so if you're looking for to take IELTS or PTE, you are always welcome. We do run the demo classes from Monday to Friday from 9 to 4, so you can book your appointments on the rolling numbers to get your admissions done with us. Thank you so much for watching us.